ਆਪਾਂ ਚੱਲਦੇ ਹਾਂ ਬਿਲਕੁਲ ਦੇਸੀ ਸਟਾਈਲ, ਕਿਉਂਕਿ ਇਹ ਚੀਜ਼ ਰਹਿ ਗਈ ਦੇਖਣ ਨੂੰ ਅਤੇ ਬਣੀ ਵੀ ਬਹੁਤ ਸੋਹਣੀ ਹੈ। ਅਲੱਗ ਅਲੱਗ ਤਰੀਕੇ ਨਾਲ ਬਣਾ ਰੱਖਿਆ ਹੈਗਾ, ਖਾਣ ਪੀਣ ਦੀ ਇੱਕ ਵੀ ਤਾਂ ਚੀਜ਼ਾਂ, ਬਾਕੀ ਕੈਮਰੇ ਵਗੈਰਾ ਲੱਗੇ ਹੋਏ ਹੈਗੇ। ਕਿਤੇ ਆਪਣਾ ਸੋਚੋ ਵੀ ਅਸੀਂ ਜੋ ਮਰਜ਼ੀ ਕਰੀ ਜਾਈਏ, ਇੱਦਾਂ ਕੁਛ ਨਹੀਂ ਹੈਗਾ, ਠੀਕ ਹੈ, ਅਤੇ ਨਾ ਹੀ ਇੱਦਾਂ ਕਰਨ ਦਾ ਕੁਛ ਸੋਚਿਓ। ਅਤੇ ਕੀ ਸਟਾਲਾਂ ਨੇ, ਅਲੱਗ ਚੀਜ਼ ਹੈ ਇੱਧਰ, ਤੁਹਾਨੂੰ ਦਿਖਾਉਂਦੇ ਹਾਂ। ਹੁਨਰ ਨੀਲਗਿਰੀ ਆਇਲ ਤਮਿਲਨਾਡੂ ਦੇ, ਉਸ ਤੋਂ ਬਾਅਦ ਆ ਜਾਂਦਾ ਹੈਗਾ ਗੁਜਰਾਤ ਦੀ ਦੇਸੀ ਜੜੀ ਬੂਟੀਆਂ, ਫਿਰ ਆ ਜਾਂਦੀ ਆ ਰਾਜਸਥਾਨ ਦੇ ਆ, ਉੱਤਰ ਪ੍ਰਦੇਸ਼ ਦੇ ਆਚਾਰ, ਔਰਗੈਨਿਕ ਫੂਡ ਐਂਡ ਆਯੁਰਵੈਦਿਕ, ਮੰਜੇ 'ਤੇ ਲੰਮੇ ਪਏ ਆ ਇੱਦਾਂ ਦਿੱਲੀ, ਬਿਹਾਰ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਪਾਨ ਪੂਨ ਖਾਣਾ ਦਾ ਪਾਨ ਵੀ ਖਾ ਸਕਦੇ ਹੋ। ਜਵਾਕਾਂ ਵਾਸਤੇ ਲੈਣੇ ਕੈਂਡੀਜ਼ ਵਗੈਰਾ, ਕਸ਼ਮੀਰੀ ਸਮਾਨ, ਸੈਫਰੋਨੀ, ਖੇਵਾ, ਇਹ ਆ ਗਏ ਸੌਂਫ ਵਗੈਰਾ। ਸੌਂਫ ਲੈ ਲਈ ਯਾਰ, ਮਿੱਠੀ ਲੈਚੀਆਂ ਲੁਚੀਆਂ ਨਾ, ਕੇਰਲਾ ਸਾਈਡ ਦੇ ਬਾਈ ਯੂਜ਼। ਚਲੋ ਜੀ, ਥੋੜ੍ਹਾ ਜਿਹਾ ਸਮਾਨ ਲਿੱਤਾ, ਹੁਣ ਆਪਾਂ ਅੱਗੇ ਚੱਲਦੇ ਹਾਂਗੇ। ਆਹ ਕੀ ਚੀਜ਼ ਆ, ਕੁਲਫੀ ਆ, ਇਹ ਬੇਲਪੁਰੀ ਆ ਸੱਚ, ਲਿਖਿਆ ਉੱਤਰ ਪ੍ਰਦੇਸ਼ ਦਾ, ਇਹ ਲੈਮਨ ਸੋਡਾ ਮੱਧ ਪ੍ਰਦੇਸ਼ ਦਾ, ਹੋਣਗੇ ਤਾਂ ਲੋਕਲ ਹੀ ਪਤਾ ਨਹੀਂ ਬਾਕੀ। ਉੱਤਰ ਪ੍ਰਦੇਸ਼ ਦਾ ਕਰਨਾਟਕ ਮੇਰਠ ਕੀ ਨਾਨ ਕਟਾਈ, ਆਹ ਬੜੀ ਚੀਜ਼ ਵਿਕਦੀ ਹੈਗੀ। ਰਾਜਸਥਾਨ ਦੀਆਂ ਗੋਲੀਆਂ, ਤਮਿਲਨਾਡੂ ਪ੍ਰਦੇਸ਼, ਸਿੱਕਮ, ਇੰਤਜ਼ਾਮ ਕੀਤਾ ਹੋਇਆ ਇੱਥੇ, ਤੁਹਾਡੀ ਪਾਰਕਿੰਗ ਤੋਂ ਲੈ ਕੇ ਤੁਹਾਡੀ ਸੇਫਟੀ ਵਾਸਤੇ, ਦੇਖੋ ਫਾਇਰ ਬ੍ਰਿਗੇਡ ਵੀ ਖੜ੍ਹੀ ਹੈਗੀ, ਪੁਲਿਸ ਦਾ ਅੰਦਰ ਪਹਿਰਾ ਹੈ, ਮਤਲਬ ਕੋਈ ਪ੍ਰੋਬਲਮ ਨਹੀਂ ਹੈ, ਬੱਚਿਆਂ ਦਾ ਬਸ ਥੋੜ੍ਹਾ ਧਿਆਨ ਰੱਖੋ। ਤਾਂ ਬਸ ਇੰਨਾ ਕੁਛ ਹੈਗਾ ਕਿ ਬਹੁਤ ਕੁਛ ਹੈ, ਜਦੋਂ ਆਊਂ ਤਾਂ ਦੋ ਦਿਨਾਂ ਦੇ ਅੰਦਰ ਅੰਦਰ ਆ ਕੇ ਦੇਖ ਸਕਦੇ ਹੋ। ਚਲੋ ਚੱਲਦੇ ਹਾਂ ਹੁਣ ਆਪਾਂ, ਫਿਰ ਨਵੇਂ 'ਚ ਦੇਖਾਂਗੇ।